ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੀ ਪਸੰਦ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਹੈ ਜੋ ਤੁਹਾਡੇ ਤੱਕ ਪਹੁੰਚਦਾ ਰਹੇ। ਹਾਂਜੀ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਬਾਜ਼ਾਰ ਦੇ ਵਿੱਚ। ਵੀਰੋ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ ਨੋਟ, ਉਹ 7861 96 625। ਜੇ ਤੁਹਾਡੇ ਕੋਲ ਕੋਈ ਵੀ ਖੇਤੀਬਾੜੀ ਵਾਲੇ ਸੰਦ ਜਾਂ ਕੋਈ ਵੀ ਸਾਧਨ ਵਿਕਾਊ ਹੈ ਉਹਦੀ ਐਡ ਆਪਣੇ ਚੈਨਲ ਟਰੈਕਟਰ ਬਾਜ਼ਾਰ 'ਤੇ ਪਾਉਣਾ ਚਾਹੁੰਦੇ ਹੋ, ਉਸਦੀਆਂ 5 ਤੋਂ 6 ਫੋਟੋਆਂ ਅਤੇ ਬਾਕੀ ਜਾਣਕਾਰੀ ਤੁਸੀਂ ਸਾਡੇ ਇਸ ਨੰਬਰ 'ਤੇ ਭੇਜ ਸਕਦੇ ਹੋ, ਅਸੀਂ ਬਿਲਕੁਲ ਫ੍ਰੀ ਤੁਹਾਡੀ ਐਡ ਲਗਾ ਦੇਵਾਂਗੇ। ਇੱਕ ਵੀਰ ਰੇਟ ਜਿਹੜਾ ਚੀਜ਼ ਦਾ ਭੇਜ ਤੁਸੀਂ ਉਹ ਮਾਰਕੀਟ ਦੇ ਹਿਸਾਬ ਨਾਲ ਹੀ ਮੰਗਿਆ ਕਰੋ, ਜ਼ਿਆਦਾ ਰੇਟ ਨਾ ਮੰਗਿਆ ਕਰੋ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਫਾਰਮ 60 ਟਰੈਕਟਰ ਬਾਰੇ। ਇਹ ਟਰੈਕਟਰ ਵੀਰੋ 2010 ਮਾਡਲ ਹੈ, ਟਾਇਰਾਂ ਦੀ ਕੰਡੀਸ਼ਨ 4 ਟਾਇਰ ਬਿਲਕੁਲ ਨਵੇਂ ਟਾਇਰ ਨੇ, ਪੂਰੇ ਵਧੀਆ ਕੰਡੀਸ਼ਨ ਦੇ ਵਿੱਚ। 14928 ਵਾਲੇ ਮਾਗ ਵਾਲੇ ਟਾਇਰ ਨੇ, ਪੂਰੇ ਵੱਡੇ ਟਾਇਰ ਪਵਾਏ ਉਹਨੇ 14 ਵਾਲੇ, ਅਤੇ ਬਾਕੀ ਪੂਰੀ ਵਧੀਆ ਕੰਡੀਸ਼ਨ ਸਾਰੀ ਟਰੈਕਟਰ ਦੀ। ਸਰਵਿਸ ਵਗੈਰਾ ਹੋਈ ਹੈ ਟਰੈਕਟਰ ਦੀ, ਨਵੀਂ ਸਰਵਿਸ ਵਗੈਰਾ ਕਰਵਾਈ ਹੈ, ਅਤੇ ਹਰਿਆਣੇ ਦਾ ਨੰਬਰ ਹੈ ਟਰੈਕਟਰ ਦਾ। ਇੰਜਨ ਗੇਅਰ ਦੀ ਫੁੱਲ ਗਰੰਟੀ ਹੈ, ਮਾਲਕ ਵੀਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ। ਆਲ ਓਰੀਜਨਲ ਰੰਗ ਪੇਂਟ ਹੈ, ਕਿਸੇ ਪ੍ਰਕਾਰ ਦਾ ਕੋਈ ਰੰਗ ਪੇਂਟ ਨਹੀਂ ਹੋਇਆ, ਕਿਸੇ ਪ੍ਰਕਾਰ ਦੀ ਕਿਤੋਂ ਕੋਈ ਲੀਕਿੰਗ ਸ਼ੀਕਿੰਗ ਨਹੀਂ, ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਕਿਤੋਂ ਮਗਲੇ ਹਿੱਸੇ ਵਗੈਰਾ 'ਚੋਂ ਲੀਕਿੰਗ ਨਹੀਂ, ਕਿਤੋਂ ਇੰਜਨ ਨਹੀਂ, ਪੂਰੇ ਸਾਫ਼ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਪਿਆ। ਬਾਕੀ ਰੰਗ ਪੇਂਟ ਸਾਰਾ ਬਿਲਕੁਲ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਝਲਕਦਾ, ਸਾਰਾ ਕੰਮ ਬਿਲਕੁਲ ਓਕੇ ਹੈ ਟਰੈਕਟਰ ਦਾ। ਡਬਲ ਕਲੱਚ ਹੈ ਟਰੈਕਟਰ, ਰਿਵਰਸ PTO ਅਤੇ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਓਕੇ ਨੇ, ਸਿੰਪਲ ਸਟੀਅਰਿੰਗ ਇਹਦਾ। ਹਾਂਜੀ ਵੀਰੋ, ਬਾਕੀ ਮਿਊਜ਼ਿਕ ਸਿਸਟਮ ਵਗੈਰਾ ਟਰੈਕਟਰ ਦੇ ਲੱਗਿਆ ਹੋਇਆ, ਉਹ ਮਾਲਕ ਵੀਰ ਨੇ ਨਾਲ ਟਰੈਕਟਰ ਦੇ ਨਹੀਂ ਦੇਣਾ, ਉਹ ਲਾਉਣਗੇ ਉਹ, ਅਤੇ ਬਾਕੀ ਟਰੈਕਟਰ ਦਾ ਸਾਰਾ ਕੰਮ ਬਿਲਕੁਲ ਓਕੇ ਹੈ। ਬਾਕੀ ਸਾਰਾ ਓਰੀਜਨਲ, ਸਾਰਾ ਕੁਛ ਓਰੀਜਨਲ ਹੈ, ਇਸੇ ਤਰ੍ਹਾਂ ਹੀ ਮਾਲਕ ਵੀਰ ਨੇ ਨਾਲ ਦੇਣਾ, ਇਕੱਲਾ ਮਿਊਜ਼ਿਕ ਸਿਸਟਮ ਨੂੰ ਛੱਡ ਕੇ। ਅਤੇ ਬਾਕੀ ਟਰੈਕਟਰ ਦੇ ਮਾਲਕ ਵੀਰ ਦਾ ਏਰੀਆ ਜੋ ਉਹ ਡਿਸਟ੍ਰਿਕਟ ਹਿਸਾਰ ਦੇ ਵਿੱਚ ਖਰੀ ਕਰੀ ਉਹਦਾ ਏਰੀਆ ਹੈ। ਅਤੇ ਬਾਕੀ ਮਾਲਕ ਵੀਰ ਦਾ ਜੋ ਮੋਬਾਈਲ ਨੰਬਰ ਹੈ ਵੀਰੋ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਤੁਸੀਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਸਾਰਾ ਟਰੈਕਟਰ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਨੂੰ ਜੀ। ਤੁਸੀਂ ਚਲਾ ਕੇ ਚੈੱਕ ਕਰਕੇ ਪੂਰੀ ਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਓਕੇ ਨੇ, ਕਿਸੇ ਪ੍ਰਕਾਰ ਦਾ ਕੋਈ ਕਾਗਜ਼ ਪੱਤਰ ਜੀ ਕੋਈ ਕਮੀ ਨਹੀਂ, ਸਾਰੇ ਟਰੈਕਟਰ ਦੇ ਕਾਗਜ਼ ਪੱਤਰ ਪੂਰੇ ਨੇ, ਕਾਪੀ ਵਗੈਰਾ, ਸਾਰਾ ਟਰੈਕਟਰ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਮਾਲਕ ਵੀਰ ਨੇ ਵਧੀਆ ਪੂਰੀ ਵਧੀਆ ਸਮਾਈ ਦੇ ਵਿੱਚ ਟਰੈਕਟਰ ਰੱਖਿਆ ਹੋਇਆ, ਕਿਸੇ ਪ੍ਰਕਾਰ ਦੀ ਕਿਤੋਂ ਕੋਈ ਪ੍ਰੋਬਲਮ ਨਹੀਂ, ਕੋਈ ਲੀਕਿੰਗ ਸ਼ੀਕਿੰਗ ਨਹੀਂ, ਕਿਤੋਂ ਡੀਜ਼ਲ ਲੀਕ ਨਹੀਂ, ਸਾਰਾ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ। ਸਾਰਾ ਕੰਮ ਟਰੈਕਟਰ ਦਾ ਬਿਲਕੁਲ ਓਕੇ ਹੈ, ਲਾਈਟਾਂ ਲੂਟਾਂ ਵਗੈਰਾ ਦੀ ਬੈਟਰੀ ਦੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ, ਬੰਪਰ ਵਗੈਰਾ ਵੀ ਲੱਗਿਆ ਹੋਇਆ ਮੂਹਰੇ। ਹਾਂਜੀ ਵੀਰੋ, ਵੀਰੋ ਹੁਣ ਆਪਾਂ ਗੱਲ ਕਰਦੇ ਹਾਂ ਸੋਨਾਲੀਕਾ 745 ਬਾਰੇ। ਇਹ ਟਰੈਕਟਰ 2007 ਮਾਡਲ ਹੈ, ਟਾਇਰਾਂ ਦੀ ਕੰਡੀਸ਼ਨ 40 ਪੈਸੇ ਟਾਇਰ ਨੇ, ਬਿਲਕੁਲ ਵਧੀਆ ਸਾਫ਼ ਸੁਥਰੇ ਵਿਦਾਗ ਪੱਕੇ ਟਾਇਰ ਨੇ, ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ। ਬਾਕੀ ਟਰੈਕਟਰ ਦੇ ਗੇਅਰ ਇੰਜਨ ਦੀ ਗੱਲ ਕਰੀਏ ਆਪਾਂ, ਸਾਰਾ ਗੇਅਰ ਇੰਜਨ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ, ਓਕੇ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕੋਈ ਗੇਅਰ ਇੰਜਨ 'ਚ ਲੀਕਿੰਗ ਸ਼ੀਕਿੰਗ ਨਹੀਂ, ਕਿਤੋਂ ਕੋਈ ਡੀਜ਼ਲ ਨਹੀਂ ਕੱਢਦਾ, ਸਾਰਾ ਟਰੈਕਟਰ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ। ਰੰਗ ਪੇਂਟ ਮਾੜਾ ਮੋਟਾ ਵੱਜਿਆ ਹੋਇਆ ਟਰੈਕਟਰ ਨੂੰ, ਬਾਕੀ ਟਰੈਕਟਰ ਸਾਰਾ ਓਰੀਜਨਲ ਹੈ, ਅਤੇ ਇੰਜਨ ਉਂਜਨ ਵਗੈਰਾ ਦਾ ਰੰਗ ਸਾਰਾ ਬਿਲਕੁਲ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਹੈ, ਸਾਰਾ ਕੰਮ ਬਿਲਕੁਲ ਓਕੇ ਹੈ। ਤੁਸੀਂ ਚਲਾ ਕੇ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਮਾਲਕ ਵੀਰ ਵੱਲੋਂ ਸਾਰੇ ਕੈਸੇ ਦੀ ਫੁੱਲ ਗਰੰਟੀ ਹੈ, ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ। ਸਾਈਡ ਗੇਅਰ ਹੈ ਟਰੈਕਟਰ, ਬਾਕੀ ਮਗਰੈਟਾਂ ਵਗੈਰਾ ਦੀ ਕੰਡੀਸ਼ਨ ਸਾਰੀ ਬਿਲਕੁਲ ਓਕੇ ਹੈ, ਕਿਤੋਂ ਕੋਈ ਟੁੱਟ ਭੱਜ ਨਹੀਂ ਹੋਈ ਟਰੈਕਟਰ ਦੀ, ਸਾਰਾ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕਿਤੋਂ ਕੋਈ ਪ੍ਰੋਬਲਮ ਨਹੀਂ, ਕਿਤੋਂ ਕੋਈ ਲੀਕਿੰਗ ਸ਼ੀਕਿੰਗ ਨਹੀਂ, ਕਿਤੋਂ ਕੋਈ ਟੁੱਟ ਭੱਜ ਨਹੀਂ ਹੋਈ, ਕੋਈ ਗਲੀ ਸੜੀ ਨਹੀਂ, ਕਿਤੋਂ ਵੀ ਕੋਈ ਚੀਜ਼ ਹੈ। ਅਤੇ ਬਾਕੀ ਟਰੈਕਟਰ ਦੇ ਮਾਲਕ ਵੀਰ ਦਾ ਏਰੀਆ ਜੋ ਵੀਰੋ, ਉਹ ਸਮਾਣਾ ਏਰੀਆ ਉਹਨਾਂ ਦਾ, ਉਹਨਾਂ ਨੇ ਰੇਟ ਰੱਖਿਆ ਟਰੈਕਟਰ ਦਾ 1,85,000 ਰੁਪਇਆ। ਬਾਕੀ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਪੂਰੇ ਟਰੈਕਟਰ ਦੇ। ਅਤੇ ਬਾਕੀ ਟਰੈਕਟਰ ਦੇ ਮਾਲਕ ਵੀਰ ਦਾ ਜੋ ਵੀਰੋ ਮੋਬਾਇਲ ਨੰਬਰ ਹੈ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜੇ ਤੁਸੀਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਹ ਟਰੈਕਟਰ ਨੂੰ ਖਰੀਦ ਸਕਦੇ ਹੋ। ਕਿਸੇ ਪ੍ਰਕਾਰ ਦੀ ਕਿਤੋਂ ਕੋਈ ਪ੍ਰੋਬਲਮ ਨਹੀਂ, ਸਾਰਾ ਟਰੈਕਟਰ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਐਸ਼ਰ ਟਰੈਕਟਰ ਬਾਰੇ। ਇਹ ਟਰੈਕਟਰ 380 2014 ਮਾਡਲ ਹੈ, ਟਾਇਰਾਂ ਦੀ ਕੰਡੀਸ਼ਨ 50 ਪੈਸੇ ਟਾਇਰ ਨੇ ਟਰੈਕਟਰ ਦੇ, ਬਿਲਕੁਲ ਵਧੀਆ ਸਾਫ਼ ਸੁਥਰੇ ਵਿਦਾਗ ਪੱਕੇ ਟਾਇਰ ਨੇ, ਕੋਈ ਘੱਟ ਵਗੈਰਾ ਨਹੀਂ ਟਾਇਰਾਂ ਦੇ ਵਿੱਚ। ਬਾਕੀ ਇੰਜਨ ਗੇਅਰ ਦੀ ਕੰਡੀਸ਼ਨ ਦੀ ਗੱਲ ਕਰੀਏ ਆਪਾਂ, ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਇੰਜਨ ਗੇਅਰ ਹੈ, ਕਿਸੇ ਪ੍ਰਕਾਰ ਦੀ ਕੋਈ ਲੀਕਿੰਗ ਸ਼ੀਕਿੰਗ ਇੰਜਨ ਗੇਅਰ ਦੇ ਵਿੱਚ, ਸਾਰਾ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕੋਈ ਡੀਜ਼ਲ ਵਗੈਰਾ ਲੀਕਿੰਗ ਨਹੀਂ, ਸਾਰਾ ਪੂਰੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ।
ਆਲ ਓਰੀਜਨਲ ਹੈ ਟਰੈਕਟਰ, ਕਿਸੇ ਪ੍ਰਕਾਰ ਦਾ ਕੋਈ ਰੰਗ ਪੇਂਟ ਨਹੀਂ ਹੋਇਆ ਟਰੈਕਟਰ 'ਤੇ, ਕੋਈ ਰੰਗ ਪੇਂਟ ਲਿਆ ਨਹੀਂ ਹੋਇਆ, ਸਾਰਾ ਓਰੀਜਨਲ ਰੰਗ ਪੇਂਟ ਹੈ ਟਰੈਕਟਰ ਦਾ, ਬਿਲਕੁਲ ਵਧੀਆ ਸਾਫ਼ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਝਲਕਦਾ ਹੈ, ਦੇਖ ਸਕਦੇ ਤੁਸੀਂ ਸਾਰਾ, ਬਾਕੀ ਇੰਜਨ ਵਗੈਰਾ ਦਾ ਰੰਗ ਵੀ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਪਿਆ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਟਰੈਕਟਰ ਦੇ ਵਿੱਚ, ਸਾਰਾ ਕੰਮ ਬਿਲਕੁਲ ਓਕੇ ਹੈ ਟਰੈਕਟਰ ਦਾ, ਤੁਸੀਂ ਚਲਾ ਕੇ ਚੈੱਕ ਕਰਕੇ ਪੂਰੀ ਸਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਬਾਕੀ ਡਬਲ ਕਲੱਚ ਹੈ ਟਰੈਕਟਰ, ਸਾਈਡ ਗੇਅਰ ਹੈਗਾ, ਸਿੰਪਲ ਸਟੀਅਰਿੰਗ ਹੈ, ਅਤੇ ਤੇਲ ਵਾਲੇ ਬ੍ਰੇਕ ਹੈ ਇਹਦੇ, ਪ੍ਰੈਸ਼ਰ ਵਾਲੇ, ਸਾਰਾ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਹੈ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ ਹੋਈ ਟਰੈਕਟਰ ਦੇ ਵਿੱਚ, ਕਿਤੋਂ ਕੋਈ ਲੀਕਿੰਗ ਸ਼ੀਕਿੰਗ ਨਹੀਂ, ਅਤੇ ਬਾਕੀ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਓਕੇ ਹੈ ਟਰੈਕਟਰ ਦੇ, ਸਾਰੀ ਕੰਡੀਸ਼ਨ ਓਕੇ ਹੈ ਟਰੈਕਟਰ ਦੀ। ਟਰੈਕਟਰ ਦੇ ਮਾਲਕ ਵੀਰ ਨੇ ਉਹ ਰੇਟ ਰੱਖਿਆ ਟਰੈਕਟਰ ਦਾ, ਉਹ 3 ਲੱਖ ਰੁਪਈਆ ਹੈ, ਅਤੇ ਉਸਦਾ ਏਰੀਆ ਜੋ ਬੜਾਲਾ ਕਲਾਂ ਪਿੰਡ ਹੈ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ, ਅਤੇ ਬਾਕੀ ਮਾਲਕ ਵੀਰ ਦਾ ਵੀ ਬਰੋ ਮੋਬਾਇਲ ਨੰਬਰ ਹੈ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜੇ ਤੁਸੀਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ, ਅਤੇ ਜੇ ਕੋਈ ਟਰੈਕਟਰ ਬਾਰੇ ਹੋਰ ਕੋਈ ਜਾਣਕਾਰੀ ਪ੍ਰਾਪਤ ਕਰਨੀ ਹੈ ਤਾਂ ਇਸੇ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਹੋਰ ਕੋਈ ਜਾਣਕਾਰੀ ਲੈ ਸਕਦੇ ਹੋ। ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ, ਟਾਇਰਾਂ ਵਗੈਰਾ ਦੀ ਕੰਡੀਸ਼ਨ ਸਾਰੀ ਦੇਖ ਸਕਦੇ ਹੋ, ਰਿੰਬ ਵੀ ਪੂਰੇ ਵਧੀਆ ਕੰਡੀਸ਼ਨ ਦੇ ਵਿੱਚ ਪਏ ਨੇ, ਸਾਰਾ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ, ਬੰਪਰ ਵਗੈਰਾ ਟਰੈਕਟਰ 'ਤੇ ਲੱਗਿਆ ਹੋਇਆ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਐਸ਼ਰ 241 ਬਾਰੇ। ਇਹ ਟਰੈਕਟਰ 1996 ਮਾਡਲ ਹੈ, MRF ਕੰਪਨੀ ਦੇ ਟਾਇਰ ਨੇ, 99 ਪੈਸੇ ਟਾਇਰ ਨੇ, ਪੂਰੇ ਵਧੀਆ ਕੰਡੀਸ਼ਨ ਦੇ ਵਿੱਚ। ਇੰਜਨ ਗੇਅਰ ਦੀ ਫੁੱਲ ਗਰੰਟੀ ਹੈ ਮਾਲਕ ਵੀਰ ਵੱਲੋਂ, ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ, ਸਾਰਾ ਰੰਗ ਪੇਂਟ ਟਰੈਕਟਰ ਦਾ ਓਰੀਜਨਲ ਹੈ, ਕੋਈ ਰੰਗ ਪੇਂਟ ਨਹੀਂ ਵੱਜਿਆ, ਅਤੇ ਬਾਕੀ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ, ਤੁਸੀਂ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਬੈਟਰੀ ਵਗੈਰਾ ਨਵੀਂ ਰੱਖੀ ਹੋਈ ਟਰੈਕਟਰ ਦੇ, ਟਾਟਾ ਕੰਪਨੀ ਦੀ। ਹਾਂਜੀ ਵੀਰੋ, ਟਰੈਕਟਰ ਦੇ ਮਾਲਕ ਵੀਰ ਦਾ ਏਰੀਆ ਜੋ ਭਵਾਨੀਗੜ੍ਹ ਏਰੀਆ ਉਹਦਾ, ਅਤੇ ਉਸਨੇ ਰੇਟ ਰੱਖਿਆ ਟਰੈਕਟਰ ਦਾ 1,20,000 ਰੁਪਈਆ। ਵੀਰੋ ਬਾਕੀ ਜੋ ਮੋਬਾਈਲ ਨੰਬਰ ਹੈ ਮਾਲਕ ਵੀਰ ਦਾ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜਿੱਥੋਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ। ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ, ਕਿਤੋਂ ਕੋਈ ਟੁੱਟ ਭੱਜ ਨਹੀਂ ਹੋਈ ਟਰੈਕਟਰ ਦੀ, ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰੈਕਟਰ ਖੜ੍ਹਾ ਹੈ। ਇਹ ਕਾਗਜ਼ ਪੱਤਰ ਵਗੈਰਾ ਸਾਰੇ ਬਿਲਕੁਲ ਓਕੇ ਨੇ, ਹਰਿਆਣਾ ਨੰਬਰ ਹੈ ਟਰੈਕਟਰ ਦਾ, ਸਾਰਾ ਕੰਮ ਟਰੈਕਟਰ ਦਾ ਬਿਲਕੁਲ ਓਕੇ ਹੈ, ਤੁਸੀਂ ਚਲਾ ਕੇ ਚੈੱਕ ਕਰਕੇ ਇਹਨੂੰ ਖਰੀਦ ਸਕਦੇ ਹੋ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ ਹੜੰਬੇ ਬਾਰੇ। ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੜੰਬਾ, ਇਹ ਰੰਗ ਪੇਂਟ ਤੁਸੀਂ ਦੇਖ ਸਕਦੇ ਹੋ, ਮਾੜਾ ਮੋਟਾ ਰੰਗ ਪੇਂਟ ਲਿਆ ਹੋਇਆ ਹੜੰਬੇ ਦਾ, ਪੂਰੀ ਵਧੀਆ ਬਾਕੀ ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ। ਚਾਰਨੇ ਅਤੇ ਬਲੇਡ ਵਗੈਰਾ ਇਹਦੇ ਨਵੇਂ ਲੱਗੇ ਹੋਏ ਨੇ, ਬੈਲਟਾਂ ਵਗੈਰਾ ਵੀ ਨਵੀਆਂ ਪਾਈਆਂ ਹੋਈਆਂ ਨੇ ਹੜੰਬੇ ਨੂੰ, ਬਾਕੀ ਬੈਰਿੰਗ ਬੂਰਿੰਗ ਵਗੈਰਾ ਸਾਰੇ ਬਿਲਕੁਲ ਬਦਲ ਕੇ ਨਵੇਂ ਪਾਏ ਹੋਏ ਨੇ, ਪੂਰਾ ਕੰਮ ਵਗੈਰਾ ਸਾਰਾ ਹੜੰਬੇ ਦਾ ਕੀਤਾ ਹੋਇਆ, ਸਾਰਾ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ, ਕੋਈ ਪ੍ਰੋਬਲਮ ਨਹੀਂ ਹੜੰਬੇ ਦੇ ਵਿੱਚ, ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਚੱਲਦਾ ਇਹ, ਸਾਰਾ ਕੰਮ ਬਿਲਕੁਲ ਓਕੇ ਹੈ ਹੜੰਬੇ ਦਾ। ਤੁਸੀਂ ਖਰੀਦਣ ਸਮੇਂ ਪੂਰਾ ਦੇਖ ਕੇ ਆਪਦੀ ਪੂਰੀ ਤਸੱਲੀ ਕਰਕੇ ਸਾਰੀਆਂ ਚੀਜ਼ਾਂ ਚੈੱਕ ਕਰਕੇ ਹੜੰਬੇ ਨੂੰ ਖਰੀਦ ਸਕਦੇ ਹੋ। ਹੜੰਬੇ ਦੇ ਮਾਲਕ ਵੀਰ ਦਾ ਏਰੀਆ ਪਿੰਡ ਭੂੰਦੜ ਹੈ, ਜੋ ਕਿ ਰਾਮਪੁਰੇ ਦੇ ਕੋਲ ਪੈਂਦਾ ਹੈ, ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੜੰਬਾ, ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ, ਅਤੇ ਬਾਕੀ ਉਹਨੇ ਰੇਟ ਰੱਖਿਆ ਹੜੰਬੇ ਦਾ 30,000 ਰੁਪਈਆ। ਹੜੰਬੇ ਦੇ ਮਾਲਕ ਵੀਰ ਦਾ ਵੀਰੋ ਮੋਬਾਇਲ ਨੰਬਰ ਹੈ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਤੁਸੀਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਹੜੰਬੇ ਨੂੰ ਖਰੀਦ ਸਕਦੇ ਹੋ, ਪੂਰੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਸਾਰਾ ਹੜੰਬਾ। ਹਾਂਜੀ ਵੀਰੋ, ਹੁਣ ਆਪਾਂ ਗੱਲ ਕਰਦੇ ਹਾਂ 10 ਫੁੱਟੀ ਟਰਾਲੀ ਬਾਰੇ। ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੀ ਟਰਾਲੀ ਹੈ, ਇਹ 10 ਫੁੱਟ ਲੰਬੀ ਹੈ ਇਹ, ਅਤੇ ਬਾਕੀ ਪੂਰੀ ਵਧੀਆ ਕੰਡੀਸ਼ਨ ਦਾ ਸਾਰਾ ਲੋਹਾ ਵਗੈਰਾ ਲੱਗਿਆ ਹੋਇਆ ਟਰਾਲੀ 'ਤੇ, ਅਤੇ ਰੰਗ ਪੇਂਟ ਪੂਰਾ ਵਧੀਆ ਰੰਗ ਪੇਂਟ ਪਿਆ ਟਰਾਲੀ ਦਾ, ਪੂਰੀ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ, ਬਿਲਕੁਲ ਵਧੀਆ ਕੰਡੀਸ਼ਨ ਦੇ ਟਾਇਰ ਪਏ ਨੇ, ਰਿੰਬ ਰੁੰਬ ਵਗੈਰਾ ਦੀ ਸਾਰੀ ਕੰਡੀਸ਼ਨ ਬਿਲਕੁਲ ਓਕੇ ਹੈ, ਪੰਪ ਲੱਗਾ ਨਹੀਂ ਹੋਇਆ ਟਰਾਲੀ ਨੂੰ, ਬਿਨਲਾ ਪੰਪ ਤੋਂ ਟਰਾਲੀ ਹੈ, ਸਿੰਪਲ ਟਰਾਲੀ ਹੈ ਇਹ, ਸਿੰਗਲ ਟਾਇਰ ਹੈਗੀ, ਡਬਲ ਟਾਇਰ ਹੈ ਨਹੀਂ। ਅਤੇ ਬਾਕੀ ਚਾਦਰ ਵਗੈਰਾ ਦੀ ਕੰਡੀਸ਼ਨ ਦੀ ਗੱਲ ਕਰੀਏ, ਅੰਦਰੋਂ ਸਾਰੀ ਚਾਦਰ ਬਿਲਕੁਲ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪਈ ਹੈ, ਕਿਤੋਂ ਗਲੀ ਸੜੀ ਨਹੀਂ, ਕਿਤੋਂ ਟੁੱਟ ਭੱਜ ਨਹੀਂ ਹੋਈ ਚਾਦਰ ਦੀ, ਪੂਰੀ ਸਾਫ਼ ਸੁਥਰੀ ਕੰਡੀਸ਼ਨ ਹੈ ਚਾਦਰ ਦੀ। ਟਰਾਲੀ ਦੇ ਮਾਲਕ ਵੀਰ ਨੇ ਰੇਟ ਰੱਖਿਆ ਟਰਾਲੀ ਦਾ, ਉਹ 60,000 ਰੁਪਇਆ, ਬਾਕੀ ਮੌਕੇ 'ਤੇ ਘੱਟ ਵੱਧ ਹੋਈ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਅਤੇ ਉਹਨਾਂ ਦਾ ਜੋ ਏਰੀਆ ਵੀਰੋ, ਉਹ ਪਿੰਡ ਭੂੰਦੜ ਜੋ ਕਿ ਰਾਮਪੁਰੇ ਦੇ ਕੋਲ ਪੈਂਦਾ ਹੈ। ਅਤੇ ਬਾਕੀ ਵੀਰ ਦਾ ਜੋ ਮੋਬਾਇਲ ਨੰਬਰ ਹੈ ਵੀਰੋ, ਉਹ ਇਸ ਸਮੇਂ ਸਕਰੀਨ ਦੇ ਨੀਚੇ ਸ਼ੋ ਹੋ ਰਿਹਾ, ਜੇ ਤੁਸੀਂ ਨੋਟ ਕਰਕੇ ਮਾਲਕ ਵੀਰ ਨਾਲ ਗੱਲਬਾਤ ਕਰਕੇ ਇਹ ਟਰਾਲੀ ਨੂੰ ਖਰੀਦ ਸਕਦੇ ਹੋ, ਪੂਰੀ ਵਧੀਆ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਟਰਾਲੀ, ਕਿਸੇ ਪ੍ਰਕਾਰ ਦੀ ਕੋਈ ਟੁੱਟ ਭੱਜ ਨਹੀਂ, ਕੋਈ ਪ੍ਰੋਬਲਮ ਨਹੀਂ, ਬਿਲਕੁਲ ਵਧੀਆ ਸਾਫ਼ ਸੁਥਰੇ ਟਾਇਰ ਨੇ, ਅਤੇ ਰੰਗ ਪੇਂਟ ਵੀ ਸਾਰਾ ਵਧੀਆ ਪਿਆ ਟਰਾਲੀ ਦਾ,
ਸਾਰਾ ਕੰਮ ਬਿਲਕੁਲ ਓਕੇ ਹੈ, ਆਪ ਜੀ ਤੁਸੀਂ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ। ਹਾਂਜੀ ਵੀਰੋ, ਤੁਸੀਂ ਕੋਈ ਵੀ ਟਰੈਕਟਰ, ਕੋਈ ਵੀ ਮੋਟਰਸਾਈਕਲ ਜਾਂ ਗੱਡੀ ਕੁਛ ਵੀ ਖਰੀਦਦੇ ਹੋ ਆਪਣੇ ਚੈਨਲ ਤੋਂ ਵੀਡੀਓ ਦੇਖ ਕੇ, ਇੱਕ ਵੀਰ ਉਹਨਾਂ ਦੀ ਡਾਕੂਮੈਂਟਸ ਦੀ ਜੋ ਵੈਰੀਫਿਕੇਸ਼ਨ ਹੈ ਉਹ ਜ਼ਰੂਰ ਕਰ ਲਿਆ ਕਰੋ, ਤਾਂ ਕਿ ਤੁਹਾਨੂੰ ਬਾਅਦ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ। ਸਾਰੇ ਕਾਗਜ਼ ਪੱਤਰ ਚੈੱਕ ਕਰਕੇ ਚੀਜ਼ ਨੂੰ ਲਿਆ ਕਰੋ ਵੀਰੋ। ਧੰਨਵਾਦ ਵੀਰੋ ਆਪਣੀ ਵੀਡੀਓ ਨੂੰ ਪੂਰਾ ਦੇਖਣ ਲਈ। ਆਪਣੀ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉੱਤੇ ਕਲਿੱਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ, ਤਾਂ ਕਿ ਸਾਡੀ ਹਰੇਕ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚ ਜਾ ਕਰੇ। ਇੱਕ ਵੀਰੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਤਾਂ ਕਿ ਜੋ ਵੀਰਾਂ ਨੂੰ ਆਪਣੇ ਚੈਨਲ ਬਾਰੇ ਨਹੀਂ ਪਤਾ, ਸੇਲ ਚੀਜ਼ਾਂ ਕਰਨੇ ਚਾਹੁੰਦੇ ਨੇ, ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਆਪਣੇ ਕੋਲ ਚੀਜ਼ਾਂ ਸੇਲ ਕਰ ਸਕਣ ਉਹ। ਅਤੇ ਬਾਕੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਅਤੇ ਜੇ ਤੁਹਾਡੀ ਕਿਸੇ ਪ੍ਰਕਾਰ ਦੀ ਕੋਈ ਡਿਮਾਂਡ ਹੈ ਉਹ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਅਤੇ ਨਾਲ ਹੀ ਆਪਣੀ ਵੀਡੀਓ ਨੂੰ ਲਾਈਕ ਦਾ ਬਟਨ ਜ਼ਰੂਰ ਦੇ ਕੇ ਜਾਓ, ਤਾਂ ਕਿ ਸਾਡੀ ਮਿਹਨਤ ਹੈ ਜੋ ਉਹ ਸਫਲ ਹੋ ਸਕੇ। ਅਤੇ ਇਸੇ ਤਰ੍ਹਾਂ ਹੀ ਸਾਡੇ ਚੈਨਲ ਦੇ ਨਾਲ, ਆਪਣੇ ਚੈਨਲ ਦੇ ਨਾਲ ਜੁੜੇ ਰਹੋ ਅਤੇ ਵੱਧ ਤੋਂ ਵੱਧ ਆਪਣਾ ਸਾਥ ਦਿੰਦੇ ਰਹੋ। ਧੰਨਵਾਦ ਵੀਰੋ।